ਨੂੰ ਜਿਹਨੇ ਨਾਮ ਦਿੱਤਾ ਉਹਨੇ ਨਾਲ ਹੀ ਇਹ ਤਿੰਨ ਬੰਦੇ ਫੜੇ ਨੇ। ਇਹ ਕੁਲਦੀਪ ਕੌਰ ਦੀ ਲੜਕੀ ਦਵਿੰਦਰ ਕੌਰ ਨੇ ਕੱਲ੍ਹ ਇਤਲਾਹ ਦਿੱਤੀ ਸੀ ਕਿ ਉਸਦੀ ਮਾਤਾ ਕੁਲਦੀਪ ਕੌਰ ਮਿਸਿੰਗ ਹੈ। ਜਦੋਂ ਇਸ ਗੱਲ ਦੀ ਤਹਿਕੀਕਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਕੁਲਦੀਪ ਕੌਰ ਦੇ ਇੱਕ ਲੜਕੇ ਬੰਦਾ ਜਿਸਦਾ ਨਾਮ ਥਾਨਜੀਤ ਸੀ, ਪਿੰਡ ਪੌਦ, ਉਹਦੇ ਨਾਲ ਰਿਲੇਸ਼ਨ ਡਿਵੈਲਪ ਹੋ ਗਈ ਸੀ। ਐਂਡ ਉਹ ਦੋਵੇਂ ਹੀ ਪਿਛਲੇ ਸਾਲ 11ਵੇਂ ਮਹੀਨੇ ਦੀ 10 ਤਰੀਕ ਤੋਂ ਮਿਸਿੰਗ ਸੀਗੇ। ਇਹ ਜਦੋਂ ਪੁੱਛਗਿੱਛ ਡੀਪਲੀ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਥਾਨਜੀਤ ਦੇ ਦੋਵੇਂ ਬੇਟੇ ਅਤੇ ਇੱਕ ਪੋਤਰੇ ਨੇ ਇਹਨਾਂ ਦੋਵਾਂ ਨੂੰ ਹੀ ਕੁੱਟਮਾਰ ਕਰਕੇ ਸਰਹੰਦ ਕਨਾਲ ਦੇ ਵਿੱਚ ਛੁੱਟ ਦਿੱਤਾ ਗਿਆ ਸੀ, ਜੋ ਇਸ ਸੰਬੰਧ ਵਿੱਚ ਮਰਡਰ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਤਿੰਨਾਂ ਨੂੰ ਅਰੈਸਟ ਕਰ ਲਿਆ ਗਿਆ। ਕਾਰਨ ਹਜੇ ਤੱਕ ਦੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਕੁਲਦੀਪ ਕੌਰ ਥਾਨਜੀਤ ਨਾਲ ਰਿਲੇਸ਼ਨਸ ਹੋਣ ਕਰਕੇ ਥਾਨਜੀਤ ਦੇ ਬੱਚਿਆਂ ਨੂੰ ਇਹ ਮਹਿਸੂਸ ਹੋਇਆ ਕਿ ਥਾਨਜੀਤ ਨੇ ਆਪਣੀ ਜ਼ਮੀਨ ਵੇਚ ਦੇਣੀ ਹੈ ਅਤੇ ਕੁਲਦੀਪ ਕੌਰ ਦੇ ਨਾਮ ਪੈਸੇ ਜਮ੍ਹਾਂ ਕਰਾ ਦੇਣੇ, ਜੋ ਇਸ ਗੱਲ ਨੂੰ ਹੀ ਇਸ ਗੱਲ ਤੋਂ ਡਰਦੇ ਹੀ ਥਾਨਜੀਤ ਦੇ ਦੋਵੇਂ ਬੇਟਿਆਂ ਅਤੇ ਉਸਦੇ ਪੋਤਰੇ ਨੇ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ। ਡੈਡ ਬੋਡੀ ਹਜੇ ਜਾਰੀ ਹੈ ਭਾਲ, ਕਿਉਂਕਿ ਇਹ ਗੱਲ ਹੈਗੀ ਆਲਮੋਸਟ ਇੱਕ ਸਾਲ ਪੁਰਾਣੀ ਅਤੇ ਡੈਡ ਬੋਡੀਜ਼ ਤਾਂ ਹੁਣ ਪਤਾ ਕਰਕੇ ਪਟਿਆਲੇ ਜਾਂ ਅੱਗੇ ਕਿਤੇ ਵੀ ਜਿੱਥੇ ਰਿਕਵਰ ਹੋਈਆਂ ਹੋਣਗੀਆਂ ਉਹਨਾਂ ਨੂੰ ਰਿਕਵਰ ਕੀਤਾ ਜਾਵੇਗਾ। ਹਾਂਜੀ, ਉਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਰਿਮਾਂਡ 2 ਦਿਨ ਦਾ। ਹਜੇ ਤੱਕ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਪਹਿਲੀ, ਬਟ ਹੁਣ ਪੁੱਛਗਿੱਛ ਕਰਾਂਗੇ, ਉਸ ਤੋਂ ਬਾਅਦ ਪਤਾ ਲੱਗੇਗਾ। ਜ਼ਮੀਨ ਵੇਚਦਾ ਸੀਗਾ ਜੀ, ਦੂਜਾ ਵਿਆਹ ਕਰਾ ਲਏ ਨਿਆ ਜੀ, ਨਾ ਸਾਨੂੰ ਪਤਾ ਸੀਗਾ ਕਿਹਦੇ ਨਾਲ ਕਰਾਇਆ ਕਿਹਦੇ ਨਾਲ ਨਹੀਂ ਕਰਾਇਆ। ਰੋਜ਼ ਜਿਹਾ ਕਹਿੰਦੇ ਮੈਂ ਜ਼ਮੀਨ ਉਹਦੇ ਨਾਲ ਕਰਾਉਣੀ, ਜ਼ਮੀਨ ਵੇਚ ਦੇਣੀ, ਬਸ ਆਹ ਗੱਲਬਾਤ ਸੀਗੀ। ਅਸੀਂ ਅੰਜਾਮ ਨਹੀਂ ਦਿੱਤਾ, ਉਹਨੇ ਆਪ ਮਾਰੀ ਮਾਰ ਪੀ ਨਹਿਰ 'ਚ ਡਰ ਕੇ ਬਸ ਹਰਜਿੰਦਰ ਜੀ।